ਤੇ ਗਰਮ ਗਰਮ ਪੀਜ਼ਾ ਜਿਹੜਾ ਆਪਾਂ ਸਰਵ ਕਰ ਲੈਨੇ ਆ ਜੀ, ਰੱਖ ਲੈਨੇ ਆ ਇਸ ਤਰੀਕੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਘਰ ਦੇ ਵਿੱਚ ਤਵਾ ਪਨੀਰ ਪੀਜ਼ਾ ਬਣਾਵਾਂਗੇ ਜੀ, ਤੇ ਕਿਸ ਤਰੀਕੇ ਨਾਲ ਪੀਜ਼ੇ ਦਾ ਆਟਾ ਗੁੰਨਣਾ ਹੈ, ਕਿਸ ਤਰੀਕੇ ਨਾਲ ਇਹਨੂੰ ਬੇਕ ਕਰਨਾ ਬਿਨਾਂ ਓਵਨ ਤੋਂ, ਤਵੇ ਤੇ ਆਪਾਂ ਪੀਜ਼ੇ ਨੂੰ ਬਣਾਵਾਂਗੇ ਜੀ। ਇਹ ਫਲੇਵਰ ਦਾ ਪੀਜ਼ਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ, ਤੁਸੀਂ ਜ਼ਰੂਰ ਘਰੇ ਟਰਾਈ ਕਰਿਓ ਤੇ ਵੀਡੀਓ ਦੇ ਨਾਲ ਜੁੜੇ ਰਹੋ ਜੀ। ਇਹ ਸਾਰੀਆਂ ਚੀਜ਼ਾਂ ਸਿੱਖਣ ਦੇ ਲਈ ਵੀਡੀਓ ਨੂੰ ਪੂਰਾ ਦੇਖਿਓ। ਵੀਡੀਓ ਜੇਕਰ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਚਲੋ ਜੀ ਫਿਰ ਆਪਾਂ ਪੀਜ਼ਾ ਬਣਾਉਣਾ ਸਿੱਖ ਲੈਂਦੇ ਹਾਂ। ਸਭ ਤੋਂ ਪਹਿਲਾਂ ਜੀ ਇੱਕ ਖਾਲੀ ਬਰਤਨ ਦੇ ਵਿੱਚ ਆਪਾਂ ਪਾਵਾਂਗੇ ਮੈਦਾ, ਇਹ ਇੱਕ ਕੌਲੀ ਛੋਟੀ ਮੇਰੇ ਕੋਲੇ ਮੈਦੇ ਦੀ ਹੈ। ਅੱਧਾ ਚਮਚ ਆਪਾਂ ਪਾਵਾਂਗੇ ਜੀ ਇੱਕ ਕੌਲੀ ਦੇ ਵਿੱਚ ਨਮਕ ਦਾ, ਤੇ ਹੁਣ ਪਾਵਾਂਗੇ ਜੀ ਆਪਾਂ ਅੱਧੇ ਚਮਚ ਤੋਂ ਥੋੜ੍ਹਾ ਜਿਹਾ ਵੱਧ ਇਹ ਬੇਕਿੰਗ ਪਾਊਡਰ, ਤੇ ਅੱਧੇ ਚਮਚ ਤੋਂ ਥੋੜ੍ਹਾ ਜਿਹਾ ਆਪਾਂ ਘੱਟ ਪਾਵਾਂਗੇ ਜੀ ਇਹ ਮਿੱਠਾ ਸੋਡਾ। ਇਹ ਦੋਨੇ ਤੁਸੀਂ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਦੋਨੇ ਇਕੱਠੇ ਸ਼ਾਮਿਲ ਕਰਨੇ ਆ। ਤੇ ਇੱਥੇ ਹੈਗੀ ਜੀ ਮੇਰੇ ਕੋਲ ਇੱਕ ਕੌਲੀ ਦਹੀਂ ਦੀ, ਇਹ ਫਰੈਸ਼ ਦਹੀਂ ਹੈ, ਜ਼ਿਆਦਾ ਖੱਟੀ ਨਹੀਂ ਅਤੇ ਠੰਡੀ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ, ਰੂਮ ਟੈਂਪਰੇਚਰ ਦੇ ਹੋਣੀ ਚਾਹੀਦੀ ਆ। ਅਤੇ ਆਪਾਂ ਪਹਿਲਾਂ ਅੱਧੀ ਕੌਲੀ ਪਾਵਾਂਗੇ ਇਹਦੇ ਵਿੱਚ, ਯਾਨੀ ਕਿ 4-5 ਚਮਚ, ਅਤੇ ਇਹਨੂੰ ਕਰ ਲਾਂਗੇ ਆਪਾਂ ਮਿਕਸ। ਗੁੰਨਣਾ ਬਿਲਕੁਲ ਨਹੀਂ, ਆਪਾਂ ਇਸ ਤਰੀਕੇ ਨਾਲ ਇਕੱਠਾ ਕਰਨਾ ਆਟੇ ਨੂੰ। ਅਤੇ ਹੁਣ ਜੀ ਇਹਦੇ ਵਿੱਚ 1-2 ਚਮਚ ਮੈਂ ਦਹੀਂ ਦੇ ਹੋਰ ਐਡ ਕਰੂੰਗੀ, ਫਿਰ ਇਹਨੂੰ ਮਿਕਸ ਕਰ ਲਾਂਗੇ ਆਪਾਂ। ਬਹੁਤ ਨਰਮ ਆਟਾ ਆਪਾਂ ਜਿਹੜਾ ਤਿਆਰ ਕਰਨਾ ਇਹ ਪੀਜ਼ਾ ਬੇਸ ਦੇ ਲਈ। ਅਤੇ ਹੁਣ ਜੀ ਇਹ ਆਟਾ ਬਹੁਤ ਸਖ਼ਤ ਹੈ ਅਜੇ, ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ, ਪਾਣੀ ਵੀ ਰੂਮ ਟੈਂਪਰੇਚਰ ਦਾ, ਜ਼ਿਆਦਾ ਠੰਡਾ ਨਹੀਂ, ਥੋੜ੍ਹਾ ਥੋੜ੍ਹਾ ਪਾਣੀ ਪਾਵਾਂਗੇ, ਯਾਨੀ ਕਿ 2 ਚਮਚ, ਅਤੇ ਇਸ ਤਰੀਕੇ ਨਾਲ ਮਿਕਸ ਕਰਾਂਗੇ। ਅਤੇ ਆਟਾ ਜੀ ਇਸ ਤਰੀਕੇ ਨਾਲ ਆਪਾਂ ਬਣਾ ਲਿਆ, ਹੁਣ ਹੁਣ ਇਹ 'ਤੇ 2-3 ਚਮਚ ਆ ਜਿਹੜੇ ਆਪਾਂ ਰਿਫਾਇੰਡ ਤੇਲ ਦੇ ਪਾਵਾਂਗੇ, ਬਿਲਕੁਲ ਛੋਟੇ ਚਮਚ ਆ ਇਹ ਮੇਰੇ ਕੋਲ, ਅਤੇ ਇਹਨੂੰ ਆਟੇ ਦੇ ਨਾਲ ਮਿਕਸ ਕਰਾਂਗੇ, ਅਤੇ ਆਟੇ ਨੂੰ ਜਿਹੜਾ ਸੌਫਟ ਕਰ ਲਾਂਗੇ ਹਲਕਾ ਜਿਹਾ, ਅਤੇ ਇਸ ਤਰ੍ਹਾਂ ਜੀ ਬਿਲਕੁਲ ਨਰਮ ਆਟਾ ਦੇਖੋ ਆਪਾਂ ਤਿਆਰ ਕਰ ਲਿਆ, ਚੰਗੇ ਤਰੀਕੇ ਨਾਲ ਆਟੇ ਨੂੰ ਸੈੱਟ ਕਰ ਲਿਆ। ਹੁਣ ਇਹਨੂੰ ਪਲੇਟ ਨਾਲ ਢੱਕ ਕੇ ਜਿਹੜਾ 15 ਮਿੰਟ ਆਪਾਂ ਰੈਸਟ ਕਰਨ ਵਾਸਤੇ ਰੱਖ ਦਿੰਦੇ ਹਾਂ। ਸਭ ਤੋਂ ਪਹਿਲਾਂ ਜੀ ਇੱਕ ਖੁੱਲ੍ਹੇ ਬਰਤਨ ਦੇ ਵਿੱਚ ਆਪਾਂ ਪਨੀਰ ਪਾਵਾਂਗੇ, ਪਨੀਰ ਦੇ ਟੁਕੜੇ ਪਹਿਲਾਂ ਮੈਂ ਵੱਡੇ ਖੱਟੇ ਹੈਗੇ ਇਸ ਤਰੀਕੇ ਨਾਲ, ਅਤੇ ਜਿੰਨਾ ਕੁ ਪਨੀਰ ਲਿੱਤਾ ਜੀ ਉਸ ਹਿਸਾਬ ਨਾਲ ਆਪਾਂ ਹਲਕਾ ਜਿਹਾ ਇਹਦੇ ਉੱਪਰ ਨਮਕ ਛਿੜਕਾਂਗੇ, ਬਿਲਕੁਲ ਥੋੜ੍ਹੀ ਜਿਹੀ ਹਲਦੀ, ਬਿਲਕੁਲ ਹੀ ਥੋੜ੍ਹੀ ਜਿਹੀ ਕਸ਼ਮੀਰੀ ਲਾਲ ਮਿਰਚ, ਅਤੇ ਬਿਲਕੁਲ ਥੋੜ੍ਹਾ ਜਿਹਾ ਗਰਮ ਮਸਾਲਾ ਜੀ ਇਹ ਮੈਂ ਘਰ ਦੇ ਵਿੱਚ ਹੀ ਤਿਆਰ ਕੀਤਾ, ਥੋੜ੍ਹੀ ਜਿਹੀ ਕਾਲੀ ਮਿਰਚ, 1 ਚਮਚ ਸਰ੍ਹੋਂ ਦੇ ਤੇਲ ਦਾ ਪਾਵਾਂਗੇ ਜੀ, ਸਰ੍ਹੋਂ ਦਾ ਤੇਲ ਹੀ ਤੁਸੀਂ ਯੂਜ਼ ਕਰਿਓ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਊਗਾ, ਅਤੇ ਹਲਕਾ ਜਿਹਾ ਤੁਸੀਂ ਕਾਲਾ ਨਮਕ ਵੀ ਵਰਤ ਸਕਦੇ ਹੋ। ਹੁਣ ਸਾਰੀਆਂ ਚੀਜ਼ਾਂ ਨੂੰ ਜਿਹੜਾ ਮਿਕਸ ਕਰ ਦਿਆਂਗੇ ਹਲਕੇ ਹੱਥਾਂ ਨਾਲ ਇਸ ਤਰੀਕੇ ਨਾਲ। ਲਓ ਜੀ ਪਨੀਰ ਆਪਣਾ ਹੋ ਗਿਆ ਤਿਆਰ, ਅਤੇ ਹੁਣ ਜੀ ਇਸ ਤਰੀਕੇ ਨਾਲ ਗਰਮ ਪੈਨ ਦੇ ਵਿੱਚ ਜਾਂ ਕੜਾਹੀ ਦੇ ਵਿੱਚ ਹਲਕਾ ਜਿਹਾ ਆਪਾਂ ਇਹਨੂੰ ਪਕਾ ਲਾਂਗੇ, ਬਿਲਕੁਲ 1-1.5 ਮਿੰਟ ਲੱਗੂਗਾ, ਜ਼ਿਆਦਾ ਗੋਲਡਨ ਨਹੀਂ ਕਰਨਾ, ਬਸ ਹਲਕਾ ਜਿਹਾ ਪਕਾਉਣਾ। ਅਤੇ ਇਸ ਤਰ੍ਹਾਂ ਜੀ ਪਨੀਰ ਹਲਕਾ ਜਿਹਾ ਪੱਕ ਗਿਆ, ਅਤੇ ਹੁਣ ਆਪਾਂ ਇਹਨੂੰ ਉਸੇ ਬਰਤਨ ਦੇ ਵਿੱਚ ਆ ਜਿਹੜਾ ਕੱਢ ਲੈਂਦੇ ਹਾਂ, ਇਸ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ, ਇਹਨੂੰ ਠੰਡਾ ਹੋਣ ਵਾਸਤੇ ਰੱਖ ਦਿੰਦੇ ਹਾਂ ਆਪਾਂ। ਅਤੇ ਪੇੜੇ ਨੂੰ ਜੀ ਆਪਾਂ ਲਾਵਾਂਗੇ ਸੁੱਕਾ ਮੈਦਾ, ਅਤੇ ਹੁਣ ਆਪਾਂ ਇਹਦੀ ਇੱਕ ਰੋਟੀ ਵੇਲਾਂਗੇ, ਉਨੇ ਕੁ ਸਾਈਜ਼ ਦਾ ਤੁਸੀਂ ਪੇੜਾ ਕਰਿਓ ਵੀ ਜਿੰਨਾ ਕੁ ਤੁਸੀਂ ਪੀਜ਼ਾ ਬਣਾਉਣਾ ਹੋਇਆ ਜਾਂ ਜਿੱਡੀ ਕੁ ਪਲੇਟ 'ਚ ਬਣਾ ਰਹੇ ਹੋਏ ਪੀਜ਼ਾ, ਅਤੇ ਜ਼ਿਆਦਾ ਆਪਾਂ ਇਹਨੂੰ ਮੋਟਾ ਨਹੀਂ ਰੱਖਣਾ ਨਾ ਜ਼ਿਆਦਾ ਪਤਲਾ, ਕਿਉਂਕਿ ਬਾਅਦ ਵਿੱਚ ਵੀ ਪੀਜ਼ਾ ਹਲਕਾ ਜਿਹਾ ਫੁੱਲੂਗਾ, ਅਤੇ ਜੇ ਜ਼ਰੂਰਤ ਲੱਗੀ ਤੁਹਾਨੂੰ ਥੋੜ੍ਹਾ ਜਿਹਾ ਮੈਦਾ ਜਿਹੜਾ ਹੋਰ ਡਸਟ ਕਰਕੇ ਇਹਨੂੰ ਵੇਲ ਲਿਓ। ਅਤੇ ਇਸ ਤਰ੍ਹਾਂ ਜੀ ਪੀਜ਼ਾ ਵੇਲ ਕੇ ਆਪਾਂ ਤਿਆਰ ਕਰ ਲਿਆ, ਅਤੇ ਹਲਕੇ ਹਲਕੇ ਨਾ ਪਹਿਲਾਂ ਆਪਾਂ ਇਹਦੇ ਵਿੱਚ ਛੇਦ ਕਰ ਲਾਂਗੇ ਵੀ ਇਹ ਜ਼ਿਆਦਾ ਨਾ ਫੁੱਲੇ ਨਾ, ਫੋਕ ਨਾਲ ਜਾਂ ਤੁਸੀਂ ਚਾਕੂ ਨਾਲ ਇਸ ਤਰੀਕੇ ਨਾਲ ਛੇਦ ਕਰ ਲਿਓ। ਅਤੇ ਹਲਕਾ ਜਿਹਾ ਜੀ ਇਸ ਤਰੀਕੇ ਨਾਲ ਨਾ ਆਪਾਂ ਇਹਨੂੰ ਕਿਨਾਰੀਆਂ ਤੋਂ ਦੇਖੋ ਨੱਪਤਾ ਡਿਜ਼ਾਇਨ ਬਣਾਤਾ, ਅਤੇ ਹੁਣ ਜੀ ਇੱਕ ਪਲੇਟ ਨੂੰ ਆਪਾਂ ਘਿਓ ਨਾਲ ਇਸ ਤਰੀਕੇ ਨਾਲ ਗਰੀਸ ਕਰ ਲਾਂਗੇ ਜਾਂ ਤੁਸੀਂ ਤੇਲ ਨਾਲ ਵੀ ਗਰੀਸ ਕਰ ਸਕਦੇ ਹੋ, ਅਤੇ ਇਹਦੇ ਉੱਪਰ ਆਪਾਂ ਰੱਖ ਦਿਆਂਗੇ ਜੀ ਪੀਜ਼ਾ ਜਿਹੜਾ ਇਹ ਤਿਆਰ ਕੀਤਾ ਆਪਾਂ। ਅਤੇ ਸਭ ਤੋਂ ਪਹਿਲਾਂ ਜੀ ਆਪਾਂ ਪੀਜ਼ਾ ਸੌਸ ਲਾਵਾਂਗੇ ਇਹਦੇ ਉੱਪਰ ਚੰਗੇ ਤਰੀਕੇ ਨਾਲ, ਇਸ ਤਰੀਕੇ ਨਾਲ ਪੀਜ਼ਾ ਸੌਸ ਆ ਜਿਹੜੀ ਵਿਛਾ ਦਿਆਂਗੇ ਉੱਪਰ, ਉਦੋਂ ਜੀ ਆਪਾਂ ਇਸ ਤਰੀਕੇ ਨਾਲ ਪੀਜ਼ਾ ਚੀਜ਼ ਪਾ ਦਿਆਂਗੇ, ਜਿੰਨੀ ਕੁ ਵੀ ਤੁਸੀਂ ਵੱਧ ਘੱਟ ਚੀਜ਼ ਰੱਖਣੀ ਹੋਈ ਨਾ ਉੰਨੀ ਕੁ ਐਡ ਕਰ ਲਿਓ।
ਤੇ ਹੁਣ ਜੀ ਆਪਾਂ ਇਸ ਤਰੀਕੇ ਨਾਲ ਨਾ ਚੌਰਸ ਕੱਟ ਲਿਆ ਸੀ, ਨਾਲੇ ਪਿਆਜ਼ ਨੂੰ ਨਾਲੇ ਸ਼ਿਮਲਾ ਮਿਰਚ ਨੂੰ ਇਸ ਤਰੀਕੇ ਨਾਲ ਆਪਾਂ ਰੱਖ ਦਿਆਂਗੇ ਚਿਣ ਕੇ। ਤੇ ਇਸ ਤਰ੍ਹਾਂ ਜੀ ਲੰਬੇ ਲੰਬੇ ਕੱਟੇ ਹੋਏ ਟਮਾਟਰ ਆ ਜਿਹੜੇ ਆਪਾਂ ਰੱਖ ਦਿਆਂਗੇ, ਜੇ ਤੁਹਾਨੂੰ ਟਮਾਟਰ ਪਸੰਦ ਹੋਏ ਨਾ ਤੁਸੀਂ ਐਡ ਕਰ ਲਿਓ ਪੀਜ਼ੇ ਦੇ ਵਿੱਚ। ਤੇ ਇੱਧਰ ਜੀ ਜਿਹੜਾ ਆਪਾਂ ਪਨੀਰ ਤਿਆਰ ਕੀਤਾ ਸੀ ਇਹਨੂੰ ਹਲਕਾ ਜਿਹਾ ਇਸ ਤਰੀਕੇ ਨਾਲ ਛੋਟੇ ਛੋਟੇ ਟੁਕੜੇ ਕਰ ਲਾਂਗੇ ਇਹਦੇ। ਤੇ ਹੁਣ ਜੀ ਪਨੀਰ ਇਸ ਤਰੀਕੇ ਨਾਲ ਆਪਾਂ ਰੱਖ ਦਿਆਂਗੇ ਜਿੰਨਾ ਕੁ ਤੁਸੀਂ ਐਡ ਕਰਨਾ ਹੋਇਆ ਇੱਕ ਪੀਜ਼ੇ ਦੇ ਵਿੱਚ। ਤੇ ਉੱਪਰੋਂ ਜੀ ਥੋੜ੍ਹੀ ਜਿਹੀ ਚੀਜ਼ ਆ ਜਿਹੜੀ ਆਪਾਂ ਹੋਰ ਪਾ ਦਿਆਂਗੇ। ਤੇ ਹੁਣ ਜੀ ਥੋੜ੍ਹੀ ਜਿਹੀ ਚੀਜ਼ ਪਾਉਣ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਔਰਗੈਨੋ ਛਿੜਕ ਦਿਆਂਗੇ ਇਹਦੇ ਉੱਪਰ। ਤੇ ਬਿਲਕੁਲ ਥੋੜ੍ਹੀ ਜਿਹੀ ਆਪਾਂ ਚਿਲੀ ਫਲੈਕਸ ਛਿੜਕ ਦਿਆਂਗੇ ਇਸ ਤਰੀਕੇ ਨਾਲ ਜੀ, ਦਰਦਰੀਆਂ ਕੁੱਟੀਆਂ ਹੋਈਆਂ ਇਹ ਲਾਲ ਮਿਰਚਾਂ। ਤੇ ਪੀਜ਼ੇ ਨੂੰ ਜੀ ਬਿਲਕੁਲ ਆਪਾਂ ਤਿਆਰ ਕਰ ਲਿਆ, ਤੁਸੀਂ ਆਪਣੇ ਫਲੇਵਰ ਦੇ ਹਿਸਾਬ ਨਾਲ ਇਹਨੂੰ ਬਣਾ ਸਕਦੇ ਹੋ। ਤੇ ਚੁੱਲ੍ਹੇ 'ਤੇ ਰੱਖ ਲੈਂਦੇ ਹਾਂ ਜੀ ਆਪਾਂ ਲੋਹੇ ਦਾ ਤਵਾ, ਅਤੇ ਫਲੇਮ ਹੈ ਜਿਹੜੀ ਮੀਡੀਅਮ ਜੀ ਹੋਣੀ ਚਾਹੀਦੀ ਹੈ, ਨਾ ਤਾਂ ਅੱਗ ਵੱਧ ਹੋਵੇ ਨਾ ਘੱਟ ਹੋਵੇ। ਜੇ ਤੁਸੀਂ ਗੈਸ 'ਤੇ ਤਵੇ 'ਤੇ ਬਣਾਓਗੇ ਤਾਂ ਬਿਲਕੁਲ ਸਲੋ ਜੀ ਫਲੇਮ ਰੱਖਿਓ। ਅਤੇ ਹੁਣ ਇਸ ਤਰੀਕੇ ਦਾ ਆਪਾਂ ਸਟੈਂਡ ਰੱਖ ਲਾਂਗੇ, ਸਟੈਂਡ ਨੂੰ ਆਪਾਂ ਪੁੱਠਾ ਰੱਖਾਂਗੇ ਤਵੇ 'ਤੇ। ਅਤੇ ਹੁਣ ਜੀ ਤਵੇ 'ਤੇ ਆਪਾਂ ਇਸ ਤਰੀਕੇ ਨਾਲ ਰੱਖ ਦਿਆਂਗੇ ਪਲੇਟ। ਤਵਾ ਕੋਸ਼ਿਸ਼ ਕਰਿਓ ਵੀ ਪਲੇਟ ਨਾਲੋਂ ਥੋੜ੍ਹਾ ਜਿਹਾ ਵੱਡਾ ਹੋਵੇ, ਪਰ ਮੇਰੇ ਕੋਲ ਤਵਾ ਇੰਨਾ ਕੀ ਸੀਗਾ। ਅਤੇ ਹੁਣ ਉੱਪਰੋਂ ਕਿਸੇ ਆਪਾਂ ਇਸ ਤਰੀਕੇ ਦੇ ਬਰਤਨ ਨਾਲ ਢੱਕ ਦਿਆਂਗੇ ਵੀ ਸਾਰਾ ਪੀਜ਼ਾ ਆਪਣਾ ਕਵਰ ਹੋ ਜੇ। ਅਤੇ ਤਵੇ 'ਤੇ ਪੀਜ਼ਾ ਜਿਹੜਾ 10 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜੂਗਾ ਜੀ, ਬਹੁਤ ਘੱਟ ਸਮੇਂ 'ਚ ਬਣ ਕੇ ਤਿਆਰ ਹੋ ਜਾਂਦਾ ਅਤੇ ਬਹੁਤ ਟੇਸਟੀ ਬਣਦਾ। ਅਤੇ ਆਪਾਂ ਵੇਟ ਕਰ ਲੈਂਦੇ ਹਾਂ ਇਹਦੇ ਬਣਨ ਦੀ। ਮੈਨੂੰ ਜੀ 10 ਮਿੰਟ ਹੋ ਗਏ ਅਤੇ ਹੁਣ ਆਪਾਂ ਚੈੱਕ ਕਰ ਲੈਂਦੇ ਹਾਂ 10 ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋਣਾ ਚਾਹੀਦਾ। ਵੈਸੇ ਤਾਂ ਬਣ ਗਿਆ ਹੋਊ ਅਤੇ ਖੁਸ਼ਬੂ ਵੀ ਬਹੁਤ ਸੋਹਣੀ ਆਉਣ ਲੱਗ ਗਈ। ਅਤੇ ਹੁਣ ਜੀ ਕੱਪੜੇ ਨਾਲ ਤੁਸੀਂ ਉਠਾਇਓ ਕਿਉਂਕਿ ਇਹ ਗਰਮ ਹੋਊਗਾ ਉੱਪਰ ਜਿਹੜਾ ਆਪਾਂ ਬਰਤਨ ਰੱਖਿਆ। ਅਤੇ ਦੇਖੋ ਜੀ ਕਿੰਨਾ ਵਧੀਆ ਪੀਜ਼ਾ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ। ਹੁਣ ਤੁਹਾਡੀ ਇੱਛਾ ਵੀ ਜੇ ਥੋੜ੍ਹਾ ਜਿਹਾ ਤੁਸੀਂ ਗੋਲਡਨ ਹੋਰ ਕਰਨਾ ਹੋਇਆ ਗੋਲਡਨ ਕਰ ਲਿਓ, ਪਰ ਇਹ ਬਿਲਕੁਲ ਤਿਆਰ ਹੈ ਜੀ ਬਣ ਕੇ। ਅਤੇ ਆਪਾਂ ਪਲੇਟ ਨੂੰ ਇਹ ਜਿਹੜਾ ਥੱਲੇ ਉਤਾਰ ਲੈਂਦੇ ਹਾਂ। ਅਤੇ ਗਰਮ ਗਰਮ ਪੀਜ਼ਾ ਜਿਹੜਾ ਆਪਾਂ ਸਰਵ ਕਰ ਲੈਂਦੇ ਹਾਂ ਜੀ। ਇਹ ਪਲੇਟ ਬਹੁਤ ਗਰਮ ਹੈ, ਆਪਾਂ ਹੋਰ ਪਲੇਟ ਦੇ ਵਿੱਚ ਗਰਮ ਗਰਮ ਜਿਹੜਾ ਪੀਜ਼ਾ ਇਹ ਰੱਖ ਲੈਂਦੇ ਹਾਂ ਇਸ ਤਰੀਕੇ ਨਾਲ। ਅਤੇ ਇਸ ਤਰ੍ਹਾਂ ਜੀ ਗਰਮ ਗਰਮ ਪੀਜ਼ਾ ਜਿਹੜਾ ਬਣ ਕੇ ਤਿਆਰ ਹੋ ਗਿਆ। ਤੁਹਾਡੇ ਕੋਲ ਪੀਜ਼ਾ ਕੱਟਰ ਹੋਇਆ ਤਾਂ ਤੁਸੀਂ ਉਹਦੇ ਨਾਲ ਕੱਟ ਲਿਓ। ਦੇਖੋ ਕਿੰਨਾ ਵਧੀਆ ਚੀਜ਼ੀ ਪੀਜ਼ਾ ਬਣ ਕੇ ਤਿਆਰ ਹੋਇਆ, ਉਹ ਵੀ ਤਵੇ 'ਤੇ, ਉਹ ਵੀ ਘਰ 'ਚ ਆਪਾਂ ਬਣਾ ਲਿਆ ਇਹ ਆਸਾਨ ਤਰੀਕੇ ਨਾਲ। ਅਤੇ ਗਰਮਾ ਗਰਮ ਪੀਜ਼ਾ ਬਣ ਕੇ ਹੋ ਗਿਆ ਜੀ ਤਿਆਰ, ਤੁਸੀਂ ਝਟਪਟ ਇਸ ਤਰੀਕੇ ਨਾਲ ਘਰ ਦੇ ਵਿੱਚ ਬਣਾ ਲਓਗੇ, ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਜੀ। ਜ਼ਰੂਰ ਇਸ ਪੀਜ਼ੇ ਦੀ ਰੈਸਪੀ ਨੂੰ ਘਰੇ ਟਰਾਈ ਕਰਿਓ ਜੀ। ਜੇਕਰ ਵੀਡੀਓ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਜੀ, ਅਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।